ਇਲੈਕਸ਼ਨਾਂ ਦਾ ਦੌਰਾਨ ਹੈ, ਮੇਰਾ ਮੁਰਦਾਬਾਦ ਕਰੋ, ਤੁਸੀਂ ਬਾਹਰ ਖੜੇ ਹੋ, ਤੁਹਾਡਾ ਹੱਕ ਹੈ, ਹੁੱਲੜਬਾਜ਼ੀ ਕਰਨ ਦਾ ਹੱਕ ਨਹੀਂ ਹੈ। ਮੇਰਾ ਹੱਕ ਹੈ ਕਿ ਮੈਂ ਜਾ ਕੇ ਆਪਣੀ ਗੱਲ ਕਰਾਂ, ਤੁਸੀਂ ਜਾ ਕੇ ਕਹਿ ਦਿਓ ਬਈ ਨਾ ਪਾਓ ਬੀਜੇਪੀ ਨੂੰ ਵੋਟਾਂ, ਉਹ ਤੁਹਾਡਾ ਹੱਕ ਹੈ। ਮੇਰਾ ਹੱਕ ਹੈ ਕਿ ਮੈਂ ਦੱਸਾਂ ਕਿ ਇਹਨਾਂ ਗੱਲਾਂ ਤੋਂ ਮੈਨੇ ਵੋਟ ਮੰਗਣੀ ਹੈ, ਔਰ ਫਿਰ ਤੁਹਾਡਾ ਹੱਕ ਹੈ ਕਿ ਤੁਸੀਂ ਜਿੱਥੇ ਮਰਜ਼ੀ ਆਪਣੀ ਵੋਟ ਜਾ ਕੇ ਕਾਸਟ ਕਰ ਸਕਦੇ ਹੋ। ਔਰ ਇਹ ਹੱਕ ਕਿਸੇ ਦਾ ਰਾਈਟ ਨਹੀਂ ਕਿ ਧਮਕਾ ਕੇ, ਡਰਾ ਕੇ, ਵਿਜੀਲੈਂਸ ਦੇ ਕੇਸ ਖੋਲ ਕੇ ਵਪਾਰੀਆਂ ਨੂੰ ਕਿ ਵਪਾਰ ਬੰਦ ਕਰਨਾ। ਇਹੋ ਜਿਹੀ ਧਮਕੀਆਂ ਦੇ ਕੇ ਵੋਟ ਦਾ ਹੱਕ ਨਹੀਂ ਕੋਈ ਖਰੀਦ ਸਕਦਾ।